ਵੈਲਕਮ ਬੈਕ ਟੂ ਅਨਦਰ ਵੀਡੀਓ ਫਰੈਂਡਸ, ਸਵਾਗਤ ਹੈ ਤੁਹਾਡਾ ਐਮ ਐਸ ਬੀ ਵਲੋਗਸ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਇਹ ਵੀਡੀਓ ਬਹੁਤ ਇੰਟਰਸਟਿੰਗ ਆਉਣ ਵਾਲੀ ਹੈ, ਇਹਨੂੰ ਜ਼ਰੂਰ ਐਂਡ ਤੱਕ ਦੇਖਿਓ, ਸਕਿਪ ਬਿਲਕੁਲ ਨਾ ਕਰਿਓ। ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ, ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਸੀਂ ਮੇਰੀ ਵੀਡੀਓ ਸਕਿਪ ਨਾ ਕਰ ਪਾਓ। ਅਤੇ ਹੁਣ ਜਿੱਦਾਂ ਤੁਸੀਂ, ਤੁਹਾਨੂੰ ਪਤਾ ਕਿ COVID-19 ਚੱਲ ਰਿਹਾ, ਅਤੇ COVID-19 ਨੂੰ ਚੱਲਦਿਆਂ ਕੁਛ 6 ਮਹੀਨੇ ਹੋ ਗਏ, ਸਕੂਲ ਵੀ ਨਹੀਂ ਖੁੱਲ੍ਹੇ ਅਤੇ ਬਸ ਸਭ ਕੁਛ ਰੈਸਟੋਰੈਂਟ, ਹੋਸਪਿਟਲ ਤਾਂ ਸਾਰੇ ਖੁੱਲ੍ਹੇ ਹੀ ਨੇ, ਰੈਸਟੋਰੈਂਟ, ਸਕੂਲ, ਕਾਲਜ ਸਭ ਕੁਛ ਬੰਦ ਸੀਗੇ। ਤਾਂ ਹੁਣ ਆਪਣੇ ਰੈਸਟੋਰੈਂਟਸ ਵੀ ਖੁੱਲ੍ਹ ਗਏ, ਜ਼ਿਆਦਾਤਰ ਖੁੱਲ੍ਹ ਗਿਆ, ਪਰ COVID-19 ਹਜੇ ਹੈਗਾ। ਅਤੇ ਹੁਣ 5-6 ਮਹੀਨਿਆਂ ਤੋਂ ਮੈਂ ਇੱਕ ਅੱਧੀ ਵਾਰ ਬਾਹਰ, ਅਤੇ ਅੱਜ ਮੈਨੂੰ ਮੌਕਾ ਮਿਲਿਆ ਬਾਹਰ ਜਾਣ ਦਾ, ਬਹੁਤ ਮੈਨੂੰ ਮਜ਼ਾ ਆਉਣ ਵਾਲਾ। ਅਤੇ ਦੇਖਾਂਗੇ ਹੁਣ ਆਪਾਂ ਕਿ 5 ਮਹੀਨੇ ਬਾਅਦ ਮੈਂ ਇਕੱਲਾ ਫਿਰ ਬਾਹਰ ਜਾਊਂਗਾ, ਅਤੇ ਹੁਣ ਬਾਹਰ ਚੱਲਾਂਗੇ ਅਤੇ ਦੇਖਾਂਗੇ ਬਾਹਰ ਦਾ ਮਾਹੌਲ, ਵੀ ਦੁਕਾਨਾਂ ਕਿੰਨੀਆਂ ਖੁੱਲ੍ਹੀਆਂ ਨੇ, ਲੋਕ ਸੇਫਟੀ ਰੱਖ ਰਹੇ ਨੇ ਹਜੇ ਕਿ ਹਜੇ ਵੀ ਨਹੀਂ ਰੱਖ ਰਹੇ ਸੇਫਟੀ, ਲੋਕਾਂ ਨੂੰ ਲੱਗ ਰਿਹਾ ਕਿ ਕਰੋਨਾ ਖਤਮ ਹੋ ਗਿਆ। ਤਾਂ ਸਭ ਕੁਛ ਦੇਖਾਂਗੇ ਦੁਕਾਨਦਾਰਾਂ ਨੇ ਸੇਫਟੀ ਰੱਖੀ ਹੋਈ ਹੈ ਜਾਂ ਨਹੀਂ, ਕੁਛ ਕੁ ਸਮਾਨ ਵੀ ਲਿਆਉਣਾ ਮੈਂ। ਅਤੇ ਚੱਲਦੇ ਹਾਂ ਫਿਰ, ਮਿਲਦੇ ਹਾਂ ਤੁਹਾਨੂੰ ਉੱਧਰ ਜਾ ਕੇ, ਬਾਏ। ਅਤੇ ਹੁਣ ਦੋਸਤੋ ਮੈਂ ਰੈਡੀ ਹੋ ਗਿਆ ਉੱਥੇ ਜਾਣ ਲਈ, ਬਾਜ਼ਾਰ ਜਦੋਂ ਜਾਣਾ ਸੀ ਅਤੇ ਹੁਣ ਬਾਜ਼ਾਰ ਜਾਂਦੇ ਪਏ ਹਾਂ ਮੰਮਾ ਦੇ ਨਾਲ। ਮੰਮਾ ਨੂੰ 2-4 ਕੰਮ ਸੀਗੇ ਨਾਲ, ਮੰਮਾ ਨੂੰ ਲੈ ਕੇ, ਅਤੇ ਮਾਸਕ ਆਪਾਂ ਪਾ ਲਿਆ, ਏਅਰਪੋਰਟ ਲਾ ਲਿਆ ਕਿ ਤੁਹਾਨੂੰ ਆਵਾਜ਼ ਸਹੀ ਆਏ, ਜ਼ਿਆਦਾ ਡਿਸਟਰਬੈਂਸ ਨਾ ਹੋਏ। ਅਤੇ ਹੁਣ ਦੇਖੋ ਬੈਕ ਕੈਮਰੇ ਦੀ ਵੀਡੀਓ, ਮਿਲਦੇ ਹਾਂ ਤੁਹਾਨੂੰ ਉੱਥੇ ਬਾਜ਼ਾਰ ਜਾ ਕੇ। ਅਤੇ ਇਹ ਦਿਨ ਤੁਹਾਨੂੰ ਬਿਲਕੁਲ ਸਹੀ ਦਿਖ ਰਿਹਾ ਹੋ, ਬਿਲਕੁਲ ਸਹੀ ਦਿਖੇਗਾ ਤੁਹਾਨੂੰ। ਮੋਮ ਇਜ਼ ਵੇਟਿੰਗ ਐਟ ਹੋਮ, ਕਿਤੇ ਬੱਚੋ ਤੋਂ ਪੂਰਾ ਦਿਖਾ ਕੇ ਦਿਖਿਆ। ਅਤੇ ਆਹ ਸ਼ੋਪ ਦੇ ਤੁਸੀਂ ਦੇਖੋ ਵੀ ਇਹਦੇ ਕਿੰਨੇ ਵਧੀਆ ਇਹਦੇ 'ਚ ਆਈਟਮਸ ਨੇ, ਸ਼ਰਟ, ਟੀ ਸ਼ਰਟਸ, ਲੋਅਰ ਪੈਂਟਸ, ਇੱਥੇ ਤੁਸੀਂ ਸਾਰਾ ਕੁਛ ਲੈ ਸਕਦੇ ਹੋ ਜੇ ਤੁਸੀਂ ਪਟਿਆਲੇ ਦੇ ਹੋ ਤਾਂ। ਮੈਂ ਅੱਗੇ ਇਹਨਾਂ ਦਾ ਕਾਰਡ ਵੀ ਪਾ ਦੂੰਗਾ ਅਤੇ ਤੁਸੀਂ ਉੱਥੋਂ ਇਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ। ਸਾਰੇ ਸਾਈਜ਼ ਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਮਿਲ ਜਾਂਦੇ ਨੇ ਇਹਨਾਂ ਕੋਲ ਕੱਪੜੇ, ਅਤੇ ਜੇ ਤੁਸੀਂ ਪਟਿਆਲੇ ਦੇ ਹੋ ਅਤੇ ਆਹ ਦੇਖ ਲਓ ਤੁਸੀਂ, ਇੱਥੇ ਆ ਜੀ ਪਟਿਆਲਾ ਸ਼ਹਿਰ ਦੇ ਵਿੱਚ ਤ੍ਰਿਪੜੀ ਮਾਰਕੀਟ, ਅਤੇ ਬਹੁਤ ਜ਼ਿਆਦਾ ਰਸ਼ ਹੈ ਇੱਥੇ ਅੱਜ ਕੱਲ੍ਹ, ਕੋਈ ਜ਼ਿਆਦਾ ਲੋਕ ਸੇਫਟੀ ਨਹੀਂ ਰੱਖ ਰਹੇ ਬਾਹਰ। ਅਤੇ ਆਹ ਦੇਖੋ ਕਿਵੇਂ ਰੇਹੜੀਆਂ ਅਤੇ ਦੁਕਾਨਾਂ 'ਤੇ ਭੀੜ ਲੱਗੀ ਹੋਈ ਹੈ, ਬਿਲਕੁਲ ਵੀ ਲੋਕ ਸੇਫਟੀ ਨਹੀਂ ਰੱਖ ਰਹੇ, ਬਸ ਥੋੜ੍ਹਾ ਜਿਹਾ ਸੈਨੇਟਾਈਜ਼ਰ ਯੂਜ਼ ਕਰ ਲੈਂਦੇ ਨੇ, ਜ਼ਿਆਦਾ ਕੁਛ ਵੀ ਨਹੀਂ। ਅਤੇ ਬਸ ਇਹ ਸੀ ਜੀ ਤ੍ਰਿਪੜੀ ਮਾਰਕੀਟ, ਆ ਦੇਖੋ ਕਿੰਨਾ ਅੱਗੇ ਮਾਰਕੀਟ ਦੇ ਵਿੱਚ ਹੀ ਰਸ਼ ਹੈ, ਸਾਰੇ ਕੋਲ ਖੜ੍ਹੇ ਨੇ, ਕਿਸੇ ਨੂੰ ਕੁਛ ਨਹੀਂ, ਗੱਲਾਂ ਕਰ ਰਹੇ ਨੇ, ਮੇਰੇ ਵੱਲ ਦੇਖ ਰਹੇ ਸੀ ਵੀ ਮੈਂ ਕੈਮਰਾ ਫੜਿਆ ਹੋਇਆ। ਕੈਮਰੇ ਤਾਂ ਲੋਕ ਪਤਾ ਨਹੀਂ ਕਿਉਂ ਨਹੀਂ। ਹੁਣ ਮੈਂ ਆ ਗਿਆ ਨਿਊਯਾਰਕ ਪੀਜ਼ੇ ਦੇ ਵਿੱਚ, ਨਿਊਯਾਰਕ ਪੀਜ਼ਾ ਦੇ ਵਿੱਚ ਮੈਂ ਔਡਰ ਕਰਤਾ ਪੀਜ਼ਾ, ਅਤੇ ਹੁਣ ਮੈਨੂੰ ਪੀਜ਼ਾ ਮਿਲ ਚੁੱਕਿਆ, ਹੁਣ ਮੈਂ ਚੱਲਿਆ ਪੀਜ਼ਾ ਲੈ ਕੇ ਘਰੇ। ਅਤੇ ਆਹ ਦੇਖੋ ਹੁਣ ਮੈਂ ਲਈ ਹੈ ਜੀ, ਜਿਹੜੇ ਸ਼ੋਰੂਮ ਤੋਂ ਮੈਂ ਗਿਆ ਸੀ ਉੱਥੋਂ ਮੈਂ ਇਹ ਲੋਅਰ ਲਈ, ਅਤੇ ਲੋਅਰ ਐਡੀਡਾਸ ਦੀ ਬਹੁਤ ਕੰਫਰਟੇਬਲ ਲੋਅਰ ਹੈ। ਜੇ ਤੁਸੀਂ ਵੀ ਇਹੋ ਜਿਹੀ ਲੋਅਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਟਿਆਲੇ 'ਚ ਰਹਿੰਦੇ ਹੋ
ਜਾਂ ਪਟਿਆਲੇ 'ਚ ਸ਼ੋਪਿੰਗ ਕਰੋਗੇ ਦੇਖੋ ਕਿ ਇੰਨੀ ਕੰਫਰਟੇਬਲ ਲੋਅਰ ਹੈ ਗਰਮੀਆਂ ਲਈ, ਅਤੇ ਇੰਨੀ ਵਧੀਆ ਲੋਅਰ ਹੈ। ਮੈਂ ਤੁਹਾਨੂੰ ਥੱਲੇ ਇਹਨਾਂ ਦਾ ਕਾਰਡ ਪਾ ਰਿਹਾ, ਮੈਂ ਥੱਲੇ ਚੈੱਕ ਕਰ ਲਓ। ਅਤੇ ਆਹ ਇਹਨਾਂ ਦੀ ਸ਼ੋਪ ਦਾ ਕਾਰਡ ਹੈ ਜੀ, ਤੁਸੀਂ ਪਟਿਆਲੇ ਤ੍ਰਿਪੜੀ ਆ ਕੇ ਪਤਾ ਕਰ ਸਕਦੇ ਹੋ। ਉੱਤੇ ਨੰਬਰ ਲਿਖਿਆ ਗੋਲਗੱਪਾ ਚੌਂਕ, ਅਤੇ ਆਹ ਇਹਨਾਂ ਦੀ ਸ਼ੋਪ ਹੈ, ਬਾਹਰੋਂ ਦਿਖਦੀ ਇਹੋ ਜਿਹੀ ਹੈ, ਅਤੇ ਤੁਸੀਂ ਦੇਖ ਸਕਦੇ ਹੋ। ਇੱਦਾਂ ਮੈਨੂੰ ਇਹਨਾਂ ਨੇ 3 ਲੋਅਰਸ ਮੈਨੂੰ ਇਹ ਸਿਲੈਕਟ ਕੀਤੀਆਂ ਸੀ, ਮੈਂ ਇਹਨਾਂ 'ਚੋਂ ਕੋਈ ਲੈਣੀ, ਤਾਂ ਮੈਂ ਇਹ ਵਾਲੀ ਲੋਅਰ ਲਈ ਹੈ ਅਤੇ ਬਹੁਤ ਵਧੀਆ ਲਿਆ। ਦੋਸਤੋ ਜਿੱਦਾਂ ਤੁਸੀਂ ਦੇਖ ਹੀ ਲਿਆ, ਮੈਂ ਬਾਜ਼ਾਰ ਗਿਆ ਸੀ ਅਤੇ ਹੁਣ ਆ ਗਏ ਘਰ, ਅਤੇ ਪੀਜ਼ਾ ਲੈਣ ਦਾ ਸੀ, ਅਤੇ 2-4 ਚੀਜ਼ਾਂ ਤੁਸੀਂ ਪਹਿਲਾਂ ਕਲਿੱਪਸ ਦੇਖ ਹੀ ਲਈਆਂ। ਅਤੇ 2 ਦਿਨਾਂ 'ਚ ਬਹੁਤ ਇੰਟਰਸਟਿੰਗ ਵੀਡੀਓ ਆਉਣ ਵਾਲੀ ਹੈ, ਜੇ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ, ਅਤੇ ਬੈਲ ਆਈਕਨ ਨੂੰ ਦਬਾ ਦਿਓ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ, ਅਤੇ ਮੇਰੀ ਤੁਸੀਂ ਵੀਡੀਓ ਕਦੇ ਵੀ ਸਕਿੱਪ ਨਾ ਕਰ ਸਕੋ। ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਉਨ੍ਹਾਂ ਚਿਰ ਬਾਏ, ਟੇਕ ਕੇਅਰ, ਕੋਵਿਡ-19 ਤੋਂ ਬਚ ਕੇ ਰਹੋ।